ਹਾਂਜੀ ਬੇਟਾ ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਜਮਾਤ 9ਵੀਂ ਲਈ ਵਿਸ਼ੇ ਗਣਿਤ ਦਾ ਟਰਮ 2 ਦਾ ਸਿਲੇਬਸ ਤੇ ਪੇਪਰ ਪੈਟਰਨ ਦੇਖਾਂਗੇ ਠੀਕ ਹੈ ਬੇਟਾ ਕਿਉਂਕਿ ਬੜਾ ਮਹੱਤਵਪੂਰਨ ਸਾਡੇ ਲਈ ਇਹ ਫਾਈਨਲ ਇਗਜ਼ਾਮ ਇਸ ਦੇ ਵੇਸ ਤੇ ਹੀ ਅਸੀਂ ਪਾਸ ਜਾਂ ਫੇਲ ਹੋਣੇ ਆ ਇਸ ਲਈ ਸਾਨੂੰ ਪੇਪਰ ਪੈਟਰਨ ਪਤਾ ਹੋਣਾ ਬਹੁਤ ਜ਼ਰੂਰੀ ਹੈ ਕਿ ਕਿਹੜੇ-ਕਿਹੜੇ ਚੈਪਟਰਾਂ ਤੋਂ ਸਾਡਾ ਪੇਪਰ ਆਉਣਾ ਤੇ ਕਿੰਨੇ ਅੰਕਾਂ ਦਾ ਆਉਣਾ ਤੇ ਕਿਹੋ ਜਿਹੇ ਕੁਐਸਚਨ ਆ ਜਿਹੜੇ ਪੁੱਛੇ ਜਾ ਸਕਦੇ ਆ ਕੁੱਲ ਸਮਾ ਜਿਹੜਾ ਸਾਨੂੰ ਟਰਮ 2 ਦੇ ਪੇਪਰ ਲਈ ਗਣਿਤ ਵਿਸ਼ੇ ਲਈ 2 ਘੰਟੇ ਮਿਲਣਾ ਕੋਲੰਕ 40 ਹੋਣਗੇ ਚਲੋ ਪ੍ਰਸ਼ਨ ਪੱਤਰ ਦੀ ਮੰਤਰ ਦੇਖਦੇ ਆਂ ਸੀ ਸਾਰੇ ਪ੍ਰਸ਼ਨ ਜ਼ਰੂਰੀ ਹੋਣਗੇ ਭਾਗ ਊੜਾ ਵਿੱਚ 1 ਤੋਂ ਲੈ ਕੇ 4 ਤੱਕ ਪ੍ਰਸ਼ਨ ਜਿਹੜੇ ਉਹ ਦੋ-ਦੋ ਅੰਕਾਂ ਦੇ ਹੋਣਗੇ ਭਾਗ ਐੜਾ ਵਿੱਚ 5 ਤੋਂ ਲੈ ਕੇ 9 ਤੱਕ ਯਾਨੀ ਕਿ ਪੰਜ ਪ੍ਰਸ਼ਨ ਜਿਹੜੇ ਉਹ ਚਾਰ-ਚਾਰ ਅੰਕਾਂ ਵਾਲੇ ਹੋਣਗੇ ਕਿਸੇ ਵੀ ਤਿੰਨ ਪ੍ਰਸ਼ਨਾਂ ਦੇ ਵਿੱਚੋਂ ਅੰਦਰੂਨੀ ਛੋਟ ਹੋਏਗੀ ਜਿਹੜੇ ਪੰਜ ਕੁਐਸਚਨ ਹੋਣਗੇ ਬੇਟਾ 4-4 ਅੰਕਾਂ ਵਾਲੇ ਉਹਨਾਂ ਵਿੱਚੋਂ ਕਿਸੇ ਤਿੰਨ ਵੇ ਸਾਨੂੰ ਜਾਂ ਹੋਏਗੀ ਭਾਗ ਡੀ ਦੇ ਵਿੱਚ ਦੋ ਕੁਐਸਚਨ ਹੋਣਗੇ 6 ਅੰਕਾਂ ਵਾਲੇ ਤੇ ਦੋਨਾਂ ਵਿੱਚ ਅੰਦਰੂਨੀ ਸ਼ੋਟ ਹੋਏਗੀ ਜਿਾਸੀ ਕਹਿ ਲਈਏ ਕੁੱਲ ਚਾਰ ਪ੍ਰਸ਼ਨ ਹੋਣਗੇ ਤੇ ਦੋਹਾਂ ਵਿੱਚ ਜਾਂ ਹੋਏਗੀ ਚਾਰਾਂ ਵਿੱਚ ਜਾਂ ਹੋਏਗੀ ਦੋ ਕਰਨੇ ਹੋਣਗੇ ਚਲੋ ਹੁਣ ਇਸ ਚੈਪਟਰ ਦੇਖਦੇ ਹਾਂ ਅੰਕੜਾ ਵਿਗਿਆਨ ਚੈਪਟਰ ਬਹੁਤ ਇੰਪੋਰਟੈਂਟ ਚੈਪਟਰ 6 ਅੰਕਾਂ ਦਾ ਪ੍ਰਸ਼ਨ ਇੱਕ ਹੀ ਆਏਗਾ ਠੀਕ ਹੈ ਇੱਕ ਪ੍ਰਸ਼ਨ ਆਏਗਾ 6 ਅੰਕਾਂ ਦਾ ਕੁੱਲ ਅੰਕ ਵੀ 6 ਹੀ ਹੋਣਗੇ ਨੈਕਸਟ ਹੈ ਸਮਾਂਤਰ ਚਤਰਪੋਇ ਅਤੇ ਤ੍ਰਿਪੰਜਾਂ ਦਾ ਖੇਤਰਫਲ 4 ਅੰਕਾਂ ਦਾ ਪ੍ਰਸ਼ਨ ਤੇ ਇੱਕ ਪ੍ਰਸ਼ਨ ਹੀ ਆਏਗਾ 4 ਅੰਕਾਂ ਵਿੱਚ ਉਸ ਤੋਂ ਬਾਅਦ ਚੱਕਰ ਚੈਪਟਰ ਹੈ ਸਾਡਾ 6 ਅੰਕਾਂ ਦਾ ਪੇਪਰ ਆਏਗਾ 1 2 ਦਾ ਆਏਗਾ 1 4 ਦਾ ਆਏਗਾ ਪ੍ਰਸ਼ਨ ਰਚਨਾਵਾਂਾਂ ਦੇ ਵਿੱਚੋਂ ਬੇਟਾ 4 ਅੰਕਾਂ ਦਾ ਇੱਕ ਹੀ ਰਚਨਾ ਸਾਨੂੰ ਕਰਨੀ ਆਏਗੀ ਠੀਕ ਹੈ ਸਤਾਈ ਖੇਤਰਫਲਾ ਤੇ ਆਇਤਨ ਬਹੁਤ ਵੱਡਾ ਚੈਪਟਰ ਹੈ ਤੇ ਬਹੁਤ ਜ਼ਿਆਦਾ ਅੰਕੇ ਦੇ ਵਿੱਚੋਂ ਸਾਨੂੰ ਮਿਲਣਗੇ 8 ਅੰਕਾਂ ਦਾ 1 2 ਦਾ ਤੇ 1 6 ਦਾ ਇੱਕ ਕੁਐਸਚਨ 2 ਦਾ ਆਏਗਾ ਤੇ ਇੱਕ 6 ਦਾ ਆਏਗਾ ਇਸ ਚੈਪਟਰ ਲਈ ਸਾਨੂੰ ਸਾਰੇ ਫਾਰਮੂਲੇ ਆ ਜਿਹੜੇ ਉਹ ਆਉਣੇ ਚਾਹੀਦੇ ਬੇਟਾ ਨੈਕਸਟ ਸਾਡਾ ਚੈਪਟਰ ਹੈ ਤ੍ਰਿਭੁਜ ਟ੍ਰਾਇੰਗਲ ਚੈਪਟਰ 6 ਅੰਕਾਂ ਦਾ ਠੀਕ ਹੈ 1 2 ਦਾ ਆਏਗਾ 1 4 ਦਾ ਆਏਗਾ ਚੈਪਟਰ ਦੇ ਵਿੱਚੋਂ ਹੀਰੋ ਦਾ ਸੂਤਰ ਚੈਪਟਰ ਵੀ 6 ਅੰਕਾਂ ਦਾ 1 2 ਦਾ ਤੇ 1 4 ਦਾ ਕਲੀਅਰ ਹੁਣ ਜਿਹੜੇ ਸਾਨੂੰ 2 2 ਅੰਕਾਂ ਵਾਲੇ ਕੁੱਲ ਪ੍ਰਸ਼ਨ ਆਉਣੇ ਉਹ 4 ਆਉਣੇ ਆ 4 4 ਅੰਕਾਂ ਵਾਲੇ 5 ਆਉਣੇ ਆ ਤੇ 6 6 ਅੰਕਾਂ ਵਾਲੇ 2 ਆਉਣੇ ਠੀਕ ਹੈ ਬੇਟਾ ਇਹ ਚੈਪਟਰ ਅਸੀਂ ਟਰਮ 2 ਲਈ ਕਰਨੇ ਆ ਅੰਕੜਾ ਵਿਗਿਆਨ ਸਮਾਂਤਰ ਚਤੁਰਭੁਜ ਤੇ 55 ਦਾ ਖੇਤਰਫਲ ਠੀਕ ਹੈ ਏਰੀਆ ਆਫ ਪੈਰਲੋਗ੍ਰਾਮ ਐਂਡ ਟ੍ਰਾਇੰਗਲਸ ਫਸਟ ਆਪਣਾ ਹੈ ਸਟੈਟਿਕਸ ਉਸ ਤੋਂ ਬਾਅਦ ਸਰਕਲ ਚੱਕਰ ਚੈਪਟਰ ਕਨਸਟਰਕਸ਼ਨ ਰਚਨਾਵਾ ਸਤਾਈ ਖੇਤਰਫਲ ਅਤੇ ਆਇਤਨ ਸਰਫੇਸ ਏਰੀਆ ਐਂਡ ਵੋਲਿਊਮ ਤ੍ਰਿਪੁੱਲ ट्रायंगल ਚੈਪਟਰ ਹੀਰੋ ਦਾ ਸੂਤਰ ਹੀਰੋਸ ਫਾਰਮੂਲਾ ਠੀਕ ਹੈ ਬੇਟਾ ਇਨ੍ਹਾਂ ਚੈਪਟਰਾਂ ਦੇ ਵਿੱਚੋਂ ਸਾਨੂੰ ਟਰਮ 2 ਦਾ ਪੇਪਰ ਆਉਣਾ ਤੇ ਇਹ ਸਾਡੇ ਪੇਪਰ ਪੈਟਰਨ ਹੈ ਪ੍ਰਸ਼ਨ ਪੱਤਰ ਦੀ ਬਣਤਰ ਹੈ ਇਸ ਹਿਸਾਬ ਨਾਲ ਤੁਸੀਂ ਆਪਣੀ ਤਿਆਰੀ ਹੈ ਜਿਹੜੀ ਬਹੁਤ ਵਧੀਆ ਢੰਗ ਨਾਲ ਕਰਨੀ ਹੈ ਤਾਂ ਕਿ ਤੁਸੀਂ ਟਰਮ 2 ਦੇ ਵਿੱਚੋਂ ਵਧੀਆ ਨੰਬਰ ਲੈ ਕੇ ਪਾਸ ਸਕੋ ਪਾਸ ਹੋ ਸਕੋ ਤੇ ਨੌਵੀਂ ਦੇ ਵਿੱਚੋਂ ਵੀ ਪਾਸ ਕੋਚ ਸਕੂੰ ਠੀਕ ਹੈ ਬੇਟਾ ਥੈਂਕ ਯੂ